ਸ਼ਿੰਗਾਰ ਤੀਆਂ ਦਾ ਇਹ ਵੰਗਾਂ ਨੇ ਦਾਜ ਤੀਆਂ ਦਾ ਇਹ ਵੰਗਾਂ ਸ਼ਿੰਗਾਰ ਤੀਆਂ ਦਾ ਇਹ ਵੰਗਾਂ ਨੇ ਦਾਜ ਤੀਆਂ ਦਾ ਵਿੱਚ ਸ਼ਗਨਾਂ ਦੇ ਚਾਈ ਚਾਈ ਵਿੱਚ ਸ਼ਗਨਾਂ ਖੁਸ਼ਖਬਰੀ ਜਾ ਕੇ ਮੰਮੀ ਦੇ ਪਾਉਚੇ ਨੂੰ ਸੁਣਾਉਂਦੀ ਹਾਂ। ਜਲਦੀ ਉੱਪਰ ਬੈਠਿਆ, ਤੁਹਾਡੀ ਖੁਸ਼ਖਬਰੀ ਦੀ ਵੇਟ ਕਰ ਰਹੇ ਜਾਓ। ਜਾ ਰਹੀ ਹਾਂ ਮੈਂ। ਕਿੰਨਾ ਨਿਕੰਮਾ ਹੈ, ਕਿੱਥੇ ਟਿੱਕ ਗਿਆ? ਤੇ ਆ ਬੁੱਢਾ ਬੁੱਢੀ ਸੋਚਣਗੇ ਸਾਡੀਆਂ ਤਾਰੀਫਾਂ ਕਰਦੀ ਹੈ, ਉਹ ਪਤਾ ਨਹੀਂ ਗਾਲਾਂ ਕੱਢੂਗੀ ਜਾਂ ਕਿਆ ਕਹੂਗੀ। ਤੂੰ ਤਾਂ ਯਾਰ ਸਾਡਾ ਬਸ ਦਿਲੇ ਤੋੜਦਾ। ਪਰ ਜੇ ਤੈਨੂੰ ਸ਼ੌਕ ਹੈ ਨਾ ਮੇਮ ਦਾ, ਤੂੰ ਆਪਣੇ ਪੁੱਤ ਨੂੰ ਲੈ ਜਾ ਉੱਥੇ। ਪਿੰਕੀ ਤੇ ਨਵਜੋਤ ਦਾ ਪੱਕਾ ਵਿਆਹ ਹੋ ਜੂ, ਬਸ ਤੁਸੀਂ ਜਾ ਕੇ ਗੱਲ ਕਰ ਲਓ ਭਾਈ। ਭੂਆ ਮੈਂ ਗੱਲ ਜ਼ਰੂਰ ਕਰੂੰਗੀ, ਪਰ ਅਜੇ ਨਹੀਂ। ਅਗਲੇ ਸੋਚਣਗੇ ਕਿ ਨਵਜੋਤ ਨੇ ਇੱਥੇ ਰਹਿਣ ਲਈ ਹਾਂ ਕੀਤੀ ਹੈ ਤੇ ਝੱਟ ਦੇ ਨਹੀਂ ਰਿਸ਼ਤਾ ਲੈ ਕੇ ਆ ਗਏ। ਅਜੇ ਤਾਂ ਉਹਨਾਂ ਨੇ ਆਪਣੇ ਵਿਚਾਰ ਪੂਰੇ ਕਰਨੇ ਨੇ। ਹਾਂ ਤੂੰ ਠੀਕ ਕਹਿੰਦੀ ਹੈ, ਆਪਾਂ ਇੱਕ ਹਫ਼ਤਾ ਰੁਕ ਜਾਂਦੇ ਹਾਂ। ਆਨਾ ਪ੍ਰਸ਼ਾਦ ਕੁੜੀਆਂ ਨੂੰ ਜ਼ਰੂਰ ਖਵਾ ਦੇ, ਪਰ ਉਹਨਾਂ ਨੂੰ ਦੱਸੀ ਨਾ। ਹਾਂ ਭੂਆ ਮੈਂ ਖਵਾ ਦੂੰਗੀ ਪ੍ਰਸ਼ਾਦ। ਗੱਲ ਸੁਣ, ਉਹਨਾਂ ਨੂੰ ਇਹ ਨਾ ਕਹੀ ਵੀ ਇਹ ਪ੍ਰਸ਼ਾਦ ਹੈ, ਨਹੀਂ ਤਾਂ ਉਹਨਾਂ ਨੇ ਖਾਣਾ ਨਹੀਂ ਗਾ। ਨਾਲੇ ਨਾ ਕੱਟ ਕੇ ਨਹੀਂ ਅੱਧਾ ਅੱਧਾ, ਨਹੀਂ ਤਾਂ ਇੱਕ ਜਣੀ ਚੱਕ ਕੇ ਖਾ ਜੂਗੇ। ਜਮਾ ਹੀ ਨਾ ਉਹਨਾਂ ਨੂੰ ਪਤਾ ਲੱਗੇ ਵੀ ਪ੍ਰਸ਼ਾਦ। ਚੰਗਾ ਭੂਆ ਮੈਂ ਪ੍ਰਸ਼ਾਦ ਉਹਨਾਂ ਨੂੰ ਖਵਾ ਦੂੰਗੀ, ਠੀਕ ਹੈ? ਜੈ ਹੋਵੇ ਟਿੱਲੇ ਵਾਲੇ ਬਾਬਿਆਂ ਦੀ ਜੈ ਹੋਵੇ। ਪਾਣੀ ਤਾਂ ਪੀ ਲੈ। ਹਾਂ ਨਵਜੋਤ ਨਾਮ ਹੈ ਉਸਦਾ, ਮੈਨੂੰ ਇੱਕ ਵਾਰ ਹੀ ਮਿਲਿਆ, ਮੁੰਡਾ ਤਾਂ ਚੰਗੇ ਲੱਗਿਆ। ਧਰਮ ਸਿੰਘ ਦਾ ਮੁੰਡਾ ਉਹ, ਜੇ ਵਕਤ ਸਿਰ ਆ ਕੇ ਖੂਨ ਨਾ ਦਿੰਦਾ ਤਾਂ ਧਰਮ ਸਿੰਘ ਨੇ ਬਚਣਾ ਨਹੀਂ ਸੀ। ਵੈਸੇ ਪਿੰਕੀ ਵੀ ਉਸ ਨਾਲ ਕਾਫੀ ਖੁਸ਼ ਸੀ। ਚੰਗੀ ਗੱਲ ਆ ਜੇ ਦੋਵਾਂ ਦੀ ਗੱਲ ਬਣ ਜੇ। ਕਿਹਦੀਆਂ ਗੱਲਾਂ ਬਣਾ ਰਹੇ ਨੇ ਪਿਓ ਪੁੱਤ ਬੈਠੇ? ਕੁਛ ਨੀ ਕੁਛ ਨੀ, ਬਸ ਐਵੇਂ ਗੱਲਾਂ ਕਰ ਰਹੇ ਸੀ। ਇੰਦਰ ਹਾਂਜੀ, ਆਫਿਸ ਨਹੀਂ ਗਿਆ ਅੱਜ? ਅੱਜ ਮੰਮਾ ਐਕਚੁਲੀ ਨਾ ਅੱਜ ਕਿੱਟੀ ਨੇ ਆਫਿਸ ਤੋਂ ਛੁੱਟੀ ਲਈ ਹੋਈ ਸੀ ਤੇ ਮੈਂ ਸੋਚਿਆ ਵੀ ਜੇ ਉਹ ਨਹੀਂ ਆ ਰਹੀ ਤੇ ਮੈਂ ਵੀ ਜਾ ਕੇ ਕੀ ਕਰਨਾ। ਕੀ ਛੁੱਟੀ ਉਹਨੇ ਲਈ ਤੇ ਕੰਮ ਛੱਡ ਕੇ ਤੂੰ ਬਹਿ ਗਿਆ? ਮੰਮਾ ਐਕਚੁਲੀ ਆਫਿਸ ਵਿੱਚ ਉਸ ਤੋਂ ਬਿਨਾਂ ਮਨ ਨਹੀਂ ਲੱਗਦਾ। ਪਾਪਾ ਸਾਰਾ ਦਿਨ ਬਿੱਲ ਲਾਈ ਰੱਖਦੀ ਹੈ, ਮੈਂ ਸੋਚਿਆ ਜੇ ਉਹ ਆ ਨਹੀਂ ਰਹੀ ਤਾਂ ਫਿਰ ਮੇਰੇ ਵੀ ਜਾਣ ਦਾ ਕੀ ਫਾਇਦਾ। ਆ ਦੇਖਦੇ ਹੋ ਤੁਸੀਂ, ਵੇਖ ਲਓ ਹੁਣ ਤੁਸੀਂ ਇਹਦੇ ਚੱਜ
ਇਹਦਾ ਕੰਮ ਵੱਲ ਕੋਈ ਧਿਆਨ ਨਹੀਂ, ਵਿਗੜਦਾ ਜਾ ਰਿਹਾ ਹੈ। ਬਈ ਇੰਨਾ ਤੇ ਕੰਮ ਕਰਦਾ ਹੈ ਉਹ, ਹੁਣੇ ਜੇ ਇਹਨੇ ਦੋ ਵੱਡੇ ਪ੍ਰੋਜੈਕਟ ਕੰਪਲੀਟ ਕੀਤੇ ਨੇ। ਛੁੱਟੀ ਤਾਂ ਚਾਹੀਦੀ ਹੈ ਨਾ ਗਾਇਤਰੀ? ਉਹ ਛੁੱਟੀ ਤੇ ਇਹ ਛੁੱਟੀ 'ਚ ਬੜਾ ਫਰਕ ਹੈ। ਜਿਹੜੀ ਛੁੱਟੀ ਇਹ ਲਈ ਬੈਠਾ ਨਾ, ਇਹ ਅਲੱਗ ਹੈ। ਕਿਹਦਾ ਫੋਨ ਆ ਗਿਆ? ਕਿਉਂ ਇੱਥੇ ਖੜ ਕੇ ਨਹੀਂ ਸੁਣਿਆ ਜਾਂਦਾ ਫੋਨ? ਹੈਲੋ, ਹੈਲੋ, ਸਤਿ ਸ਼੍ਰੀ ਅਕਾਲ, ਨਵਜੋਤ ਗੱਲ ਕਰ ਰਿਹਾ। ਪਹਿਚਾਣਿਆ? ਉਹ ਹੌਸਪੀਟਲ 'ਚ ਮਿਲੇ ਸੀ ਆਪਾਂ। ਓ ਹਾਂਜੀ ਹਾਂਜੀ, ਤੁਹਾਨੂੰ ਕਿਵੇਂ ਭੁੱਲ ਸਕਦੇ ਹਾਂ। ਬੋਲੋ, ਹੁਕਮ ਕਰੋ। ਓ ਨਾ, ਹੁਕਮ ਤਾਂ ਕਾਹਦਾ ਮਿੱਤਰਾ, ਇੱਕ ਛੋਟੀ ਜਿਹੀ ਰਿਕੁਐਸਟ ਸੀਗੀ। ਐਕਚੁਲੀ ਮੈਂ ਸੋਚ ਰਿਹਾ ਇੱਕ ਕੰਪਨੀ ਖੋਲ੍ਹਣ ਦੀ, ਤੇ ਉਹਦੀ ਐਡਵਰਟਾਈਜ਼ਮੈਂਟ ਦੀ ਜ਼ਿੰਮੇਵਾਰੀ ਕਾਹਤੋਂ ਨਾ ਤੈਨੂੰ ਸੌਂਪ ਦਿੱਤੀ ਜਾਵੇ ਮਿੱਤਰਾ। ਹਾਂ ਹਾਂ, ਤੁਸੀਂ ਟੈਨਸ਼ਨ ਨਾ ਲਵੋ। ਤਾਂ ਫਿਰ ਦੱਸੋ ਕਦੋਂ ਮਿਲੀ ਆਪਾਂ? ਤੁਸੀਂ ਇੱਦਾਂ ਕਰੋ, ਤੁਸੀਂ ਆਫਿਸ ਆ ਜਾਓ ਤੇ ਅਸੀਂ ਆਮਣੇ ਸਾਹਮਣੇ ਬੈਠ ਕੇ ਗੱਲਬਾਤ ਕਰਦੇ ਹਾਂ। ਫਿਰ ਆ ਜਾਓ ਕੱਲ੍ਹ ਤੁਸੀਂ। ਅੱਲੋ, ਫਿਰ ਤਾਂ ਗੱਲ ਹੀ ਬਣ ਗਈ। ਏਦਾਂ ਕਰਦਾ ਮੈਂ ਸਵੇਰੇ ਪਹੁੰਚਦਾ ਤੁਹਾਡੇ ਕੋਲ। ਮੈਨੂੰ ਤੁਹਾਡਾ ਇੰਤਜ਼ਾਰ ਰਹੇਗਾ। ਓਕੇ ਬਾਈ ਜੀ, ਥੈਂਕ ਯੂ। ਹਾਂ ਹਾਂ, ਮੈਂ ਤੈਨੂੰ ਹੀ ਮਿਸ ਕਰ ਰਿਹਾ ਸੀ। ਪਰ ਕੀ ਕਰੀਏ, ਇੱਕ ਦਿਨ ਦਾ ਇੰਤਜ਼ਾਰ ਤਾਂ ਬਰਦਾਸ਼ਤ ਕਰਨਾ ਹੀ ਪਏਗਾ। ਓਕੇ। ਬੋਲੋ, ਦੇਖ ਲਿਆ ਹੁਣ ਤੁਸੀਂ, ਇਹਨੂੰ ਘਰ ਵਿੱਚ ਵੀ ਚੈਨ ਨਹੀਂ ਹੈਗਾ। ਅੰਮਾ, ਕੀ ਹੋ ਗਿਆ? ਉਸਨੂੰ ਮੇਰੀ ਯਾਦ ਆ ਰਹੀ ਸੀ ਤੇ ਉਸਨੇ ਮੈਨੂੰ ਫੋਨ ਕਰ ਲਿਆ। ਪਾਪਾ ਨਾਲ ਅਸੀਂ ਕੱਲ ਰਾਤ ਨੂੰ ਵੀ ਬਹੁਤ ਗੱਪਾਂ ਮਾਰੀਆਂ ਸੀ। ਅੱਛਾ, ਹਾਂਜੀ। ਤੂੰ ਵੀ ਨਾ ਬਸ ਗਾਇਤਰੀ। ਓਏ ਯਾਰ, ਅੱਜ ਸੰਡੇ ਹੈ, ਇੰਦਰ ਦਾ ਆਫਿਸ ਬੰਦ ਹੈ। ਮੰਮਾ, ਕਦਾ ਸਾਰਾ ਦਿਨ ਮੈਨੂੰ ਮੁਕਾ, ਤੁਸੀਂ ਵੀ ਨਾਲ ਜਾ ਕਰੋ ਨਾਲ। ਚਾਨਣ ਦੇ ਚਿਹਰੇ ਦੇ ਉੱਤੇ ਕਾਲੀ ਰਾਤ ਕਿਉਂ ਛਾਈ ਹੋਈ ਹੈ? ਕੁਛ ਨਹੀਂ ਪ੍ਰੀਤ, ਬਸ ਮਨ ਐਵੇਂ ਉਦਾਸ ਜਿਹਾ ਹੈ। ਮਨ ਨੂੰ ਉਦਾਸ ਹੋਣ ਦੇ ਲਈ ਕੋਈ ਵਜ੍ਹਾ ਚਾਹੀਦੀ ਹੁੰਦੀ ਹੈ। ਐਵੇਂ ਬੇਵਜ੍ਹਾ ਉਦਾਸ ਹੋਣ ਦੇ ਲਈ ਮਨ ਕੋਈ ਪਾਗਲ ਥੋੜੀ ਹੈ। ਤੈਨੂੰ ਪਤਾ ਹੈ ਪ੍ਰੀਤ, ਨਵਜੋਤ ਆਪਣੀ ਫੈਕਟਰੀ ਦੀ ਪਬਲਿਸਿਟੀ
ਇੰਦਰ ਕੋਲੋਂ ਕਰਵਾ ਰਿਹਾ। ਫਿਰ ਕੀ ਪ੍ਰੀਤ, ਮੈਂ ਕਹਿੰਦੀ ਹਾਂ ਕਿ ਇੰਦਰ ਕੋਲੋਂ ਕਰਵਾਉਣ ਦੀ ਕੀ ਲੋੜ ਹੈ? ਦੀਦੀ, ਮੈਂ ਇੰਦਰ ਦੇ ਆਫਿਸ ਖੁਦ ਕੰਮ ਕੀਤਾ, ਕਮਾਲ ਦੀ ਪਲੈਨਿੰਗ ਕਰਦਾ, ਹਰ ਵਾਰ ਉਹਦੇ ਮਾਇੰਡ ਦੇ ਵਿੱਚ ਇੱਕ ਨਵਾਂ ਥੋਟ ਆਉਂਦਾ, ਹਰ ਵਾਰ ਕੁਛ ਨਵਾਂ। ਹੁਣ ਦੇਖੋ, ਨਵਜੋਤ ਨੂੰ ਵੀ ਤਾਂ ਆਪਣੇ ਕੰਮ ਵਾਸਤੇ ਕਿਸੇ ਸਿਆਣੇ ਜਿਹੇ ਬੰਦੇ ਦੀ ਲੋੜ ਹੈ, ਤੇ ਇੰਦਰ ਉਸ ਕੰਮ ਵਾਸਤੇ ਪਰਫੈਕਟ ਹੈ। ਮੈਂ ਮੰਨਦੀ ਹਾਂ ਪ੍ਰੀਤ, ਪਰ ਚੱਲ ਛੱਡ, ਤੂੰ ਨਹੀਂ ਸਮਝੇਗੀ। ਮੈਂ ਸਭ ਸਮਝਦੀ ਹਾਂ ਦੀਦੀ, ਪਰ ਤੁਸੀਂ ਦੇਖੋ, ਨਵਜੋਤ ਨੂੰ ਥੋੜੀ ਪਤਾ ਕਿ ਇੰਦਰ ਉਹੀ ਬੰਦਾ ਜਿਹਦੇ ਨਾਲ ਤੁਹਾਡੀ ਮੰਗਣੀ ਹੋਈ ਸੀ। ਇਹ ਵੀ ਗੱਲ ਸਹੀ ਹੈ, ਉਹਨੇ ਕਿਹੜਾ ਇੰਦਰ ਦੀ ਫੋਟੋ ਵੇਖੀ? ਹਾਂ, ਇਸ ਕਰਕੇ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ, ਉਹਨਾਂ ਨੂੰ ਆਪਣਾ ਕੰਮ ਕਰਨ ਦਿਓ ਬਸ। ਪਰ ਤੈਨੂੰ ਸੱਚ ਦੱਸਾਂ ਪ੍ਰੀਤ, ਜਦ ਤਾਂ ਨਵਜੋਤ ਆਇਆ ਹੈ ਨਾ, ਮੈਂ ਇੰਦਰ ਦੇ ਦੁੱਖ ਨੂੰ ਸਹਿਣ ਜੋਗੀ ਹੋ ਗਈ ਸੀ, ਪਰ ਅਚਾਨਕ ਫਿਰ ਤੋਂ ਦੁਬਾਰਾ ਇੰਦਰ ਦਾ ਨਾਮ ਸੁਣ ਕੇ ਥੋੜ੍ਹੀ ਉਦਾਸੀ ਜਿਹੀ ਛਾ ਗਈ ਹੈ। ਮੈਂ ਸਮਝਦੀ ਹਾਂ ਦੀਦੀ, ਪਰ ਤੁਸੀਂ ਟੈਨਸ਼ਨ ਨਾ ਲਓ, ਇੱਕ ਦੋ ਦਿਨਾਂ ਤੱਕ ਸਭ ਠੀਕ ਹੋ ਜਾਏਗਾ। ਆਈ ਹੋਪ ਸੋ। ਪਰ ਤੂੰ ਤਿਆਰ ਸ਼ਿਆਰ ਹੋ ਕੇ ਕਿੱਥੇ ਚੱਲੀ ਹੈ? ਕੋਈ ਕੰਮ ਹੈ। ਅੱਛਾ, ਕਿਹੜੇ ਕੰਮ ਚੱਲੀ ਹੈ? ਹੈ ਕੋਈ ਗੜਬੜ ਜਿਹਨੂੰ ਠੀਕ ਕਰਨਾ। ਪਰ ਹਾਂ, ਮੰਮੀ ਮੇਰੇ ਬਾਰੇ ਪੁੱਛੋਗੇ ਨਾ ਤਾਂ ਕਹਿ ਦਿਓ ਸਹੇਲੀ ਘਰ ਗਈ ਹੈ। ਅੱਛਾ, ਕਹਿ ਦੂੰਗੀ, ਪਰ ਘੱਟੋ ਘੱਟ ਮੈਨੂੰ ਤਾਂ ਦੱਸ ਚੱਲੀ ਕਿੱਥੇ ਹੈ। ਵਿੱਕੀ ਨੂੰ ਮਿਲਣ ਜਾ ਰਹੀ ਹਾਂ। ਵਿੱਕੀ ਨੂੰ? ਪ੍ਰੀਤ, ਇੰਨਾ ਸਭ ਕੁਝ ਹੋ ਜਾਣ ਦੇ ਬਾਅਦ ਵੀ ਤੂੰ ਵਿੱਕੀ ਨੂੰ ਮਿਲਣ ਜਾ ਰਹੀ ਹੈ? ਬਹੁਤ ਜ਼ਰੂਰੀ ਹੈ ਦੀਦੀ, ਹੈ ਉਹਨਾਂ ਦਾ ਕੁਛ ਮੇਰੇ ਕੋਲ ਜਿਹੜਾ ਉਹਨਾਂ ਨੂੰ ਦੇਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਉਹਨਾਂ ਨੇ ਮੇਰਾ ਪਿੱਛਾ ਨਹੀਂ ਛੱਡਣਾ ਅਤੇ ਮੇਰੀ ਜਾਨ ਖਾ ਲੈਣੀ ਹੈ। ਚੱਲ ਠੀਕ ਹੈ, ਤੂੰ ਜਾ, ਮੈਂ ਸਾਂਭ ਲਾਂਗੀ। ਜੱਟ ਚੜਦੇ ਮਿਰਜੇ ਖਾਨ ਨੂੰ ਵੱਡੀ ਭਾਬੀ ਲੈਂਦੀ ਥੰਮ, ਵੇ ਤੂੰ ਕਦੇ ਨਾ ਦਿਓ ਰੇ ਵੰਗਾਰ। ਬੋਲੋ ਬੋਲੋ, ਕਿਉਂ ਚੁੱਪ ਹੋ ਗਏ ਤੁਸੀਂ? ਅੱਛਾ, ਵੇ ਤੂੰ ਕਦੇ ਨਾ ਆਇਓ ਕੰਮ, ਜੇ ਤੂੰ ਚੱਲਿਆ ਭੁੱਖਾ ਦੁੱਧ ਦਾ ਮੇਰੀਆਂ ਬੂਰੀਆਂ ਲੈ ਜਾ ਪੰਨ। ਠੀਕ ਹੈ ਫਿਰ, ਅੱਜ ਕੱਲ੍ਹ ਕਾਂਟੋ ਪੂਰੀ ਤਰ੍ਹਾਂ ਫੁੱਲਾਂ 'ਤੇ ਖਿਲਦੀ ਹੈ, ਖੁਸ਼ੀ ਸਾਂਭਿਆ ਨਹੀਂ ਸਾਂਭੀ ਜਾਂਦੀ ਸਰਦਾਰ ਜੀ ਦੀ। ਹਾਂ ਵੀ ਗੁਰਮੀਤ ਕੌਰ, ਬਾਕੀ ਆਪਣੀ ਕਾਂਟੋ ਫੁੱਲਾਂ 'ਤੇ ਖੇਡਦੀ ਹੈ, ਜਿਹੜੇ ਪਿਓ ਦੇ ਨਾਲ ਉਹਦਾ ਪੁੱਤ ਖੜਾ ਹੋਵੇ ਉਹਦੀ ਜ਼ਿੰਦਗੀ ਦੇ ਸਾਰੇ ਫਿਕਰ ਮੁੱਕ ਜਾਂਦੇ ਨੇ। ਲੈ, ਉਹ ਅਸਲੀ ਫਿਕਰ ਤਾਂ ਹੁਣ ਸ਼ੁਰੂ ਹੋਏ ਨੇ। ਕਿਹੜਾ ਫਿਕਰ? ਓਹੋ, ਉਹ ਤੁਹਾਡੇ ਪੁੱਤ ਦੀ ਉਮਰ ਹੋ ਗਈ, ਕੁੜੀ ਵੀ ਤਾਂ ਲੱਭਣੀ ਪੈਣੀ ਹੈ। ਲੰਮਾ ਖਾ ਪਤਾ ਨਹੀਂ ਕੀ ਹੋ ਗਿਆ, ਓਏ ਸਾਡੇ ਪੁੱਤ ਨੂੰ ਕੁੜੀਆਂ ਦਾ ਘਾਟਾ ਭਲਾ? ਹਾਂ ਘਾਟਾ ਤਾਂ ਨਹੀਂ, ਪਰ ਸੋਚਣਾ ਤਾਂ ਪੈਣਾ ਨਾ ਛੇਤੀ।
ਰਮਜੀਤ ਕੋਲੇ ਵੀ ਪੁੱਤ ਦੇ ਆਉਂਦਿਆਂ ਹੀ ਤੂੰ ਨੌਂ ਦੇ ਸੁਪਨੇ ਲੈਣੇ ਸ਼ੁਰੂ ਕਰਤੇ ਹੈ। ਹੋਰ ਸੁਪਨੇ ਨਹੀਂ ਵੇਖਣੇ? ਤੁਸੀਂ ਤਾਂ ਪਿਓ ਪੁੱਤ ਮੈਨੂੰ ਪੁੱਛਦੇ ਨਹੀਂ। ਜਿਉਂਦਾ ਤੁਹਾਡਾ ਪੁੱਤ ਆਇਆ ਹੈ, ਪਤਾ ਨਹੀਂ ਕੀ ਸਾਰਾ ਦਿਨ ਆਪਸ ਵਿੱਚ ਗਿਟਮਿਟ ਕਰਦੇ ਰਹਿੰਦੇ ਇੱਕ ਦੂਸਰੇ ਦੇ ਕੰਨਾਂ ਵਿੱਚ, ਤੇ ਮੈਨੂੰ ਵੀ ਤਾਂ ਕੋਈ ਚਾਹੀਦਾ ਗਿਟਮਿਟ ਕਰਨ ਵਾਲਾ। ਕੋਈ ਨਾ, ਇੱਕ ਵਾਰੀ ਮੇਰੀ ਨੌਂ ਨੂੰ ਆ ਜਾਂਦੋ, ਫਿਰ ਅਸੀਂ ਵੀ ਤੁਹਾਨੂੰ ਪੁੱਛਣਾ ਨੀਗਾ। ਨਵਜੋਤ ਕਹਿੰਦਾ ਹੈ ਕਿ ਮੈਂ ਇੱਥੇ ਆਪਣਾ ਕੋਈ ਕੰਮ ਸੈੱਟ ਕਰ ਲਾਂ। ਬਸ ਉਹਨੂੰ ਆਪਣਾ ਕੰਮ ਸੈੱਟ ਕਰ ਲੈਣ ਦੇ, ਆਪਾਂ ਉਹਦੇ ਲਈ ਕੁੜੀ ਲੱਭ ਲੈਂਦੇ ਹਾਂ। ਉਹ ਕੁੜੀ ਤਾਂ ਲੱਭੀ ਪਈ ਹੈ, ਤੁਸੀਂ ਹਾਂ ਤਾਂ ਕਰੋ। ਹੈ ਕਿਹੜੀ ਕੁੜੀ ਬਈ? ਉਹ ਪਿੰਕੀ ਆਪਣੀ, ਹੋਰ ਕਿਹੜੀ? ਕੀ ਗੱਲ, ਮੇਰੀ ਪਸੰਦ ਜਚੀ ਨੀ? ਨਹੀਂ ਗੁਰਮੀਤ, ਮੈਂ ਤਾਂ ਕਦੋਂ ਤੋਂ ਪਿੰਕੀ ਨੂੰ ਆਪਣੇ ਨੌਂ ਦੇ ਰੂਪ ਚ ਦੇਖ ਲਿਆ ਕਿ ਪਿੰਕੀ ਸਾਡੇ ਘਰ ਦੀ ਨੌਂ ਬਣੇ। ਪਰ ਗੁਰਮੀਤ, ਤੂੰ ਸਭ ਕੁਝ ਜਾਣਦੀ ਹੈ, ਜੋ ਕੁਝ ਵੀ ਪਿੱਛੇ ਹੋਇਆ। ਕੋਈ ਗੱਲ ਨੀ, ਪਿੱਛੇ ਜੋ ਕੁਝ ਹੋਇਆ ਨਾ, ਭੁੱਲ ਜਾ ਉਹਨੂੰ। ਨਾਲੇ ਪਿੰਕੀ ਦੀ ਮੰਗਣੀ ਟੁੱਟੀ ਆ, ਉਹਦੇ ਜ਼ਿੰਮੇਦਾਰ ਆਪਾਂ ਵੀ ਤਾਂ ਹੈਗੇ ਆ। ਨਾਲੇ ਪਿੰਕੀ ਕਿੰਨੀ ਚੰਗੀ ਕੁੜੀ ਹੈ। ਉਹ ਤਾਂ ਤੇਰੀ ਗੱਲ ਠੀਕ ਹੈ ਗੁਰਮੀਤ, ਪਰ ਜਿਵੇਂ ਹੁਣ ਗੱਲ ਕੀਤੀ, ਬਲਰਾਜ ਸੋਚੂਗਾ ਕਿ ਇਹਨੇ ਨਵਜੋਤ ਦੇ ਆਉਂਦਿਆਂ ਫਿਰ ਉਹੀ ਗੱਲ ਤੋਰ ਲਈ। ਬਲਰਾਜ ਵੀਰ ਜੀ ਕੁਛ ਨਹੀਂ ਸੋਚਦੇ। ਅੱਛਾ, ਤੈਨੂੰ ਕਿਵੇਂ ਪਤਾ? ਮੈਂ ਸ਼ਿਬੋ ਨਾਲ ਗੱਲ ਕੀਤੀ ਸੀ, ਤੇ ਸ਼ਿਬੋ ਹੁਣੀ ਵੀ ਇਸ ਰਿਸ਼ਤੇ ਬਾਰੇ ਬਹੁਤ ਖੁਸ਼ ਆ। ਤੇ ਸ਼ਿਬੋ ਤੇ ਡਰਦੀ ਵਿਚਾਰੀ ਇਸ ਕਰਕੇ ਨਹੀਂ ਸੀ ਮੇਰੇ ਨਾਲ ਗੱਲ ਕਰ ਰਹੀ ਕਿ ਕਿਤੇ ਆਪਾਂ ਇਹ ਨਾ ਸੋਚੀਏ ਕਿ ਪਿੰਕੀ ਦੀ ਮੰਗਣੀ ਟੁੱਟੀ ਹੋਈ ਹੈ। ਲੈ ਦੱਸ ਭਲਾ, ਇਹ ਕੋਈ ਸੋਚਣ ਵਾਲੀ ਗੱਲ ਹੈ? ਭਾਬੀ ਵੀ ਨਾ ਬਸ ਪਤਾ ਨੀ ਕੀ ਕੀ ਸੋਚਦੀ ਰਹਿੰਦੀ ਹੈ। ਗੁਰਮੀਤ, ਤੈਨੂੰ ਸੱਚ ਦੱਸਾਂ, ਜੇ ਮੇਰਾ ਬਸ ਚੱਲੇ ਨਾ ਤਾਂ ਮੈਂ ਤਾਂ ਪਿੰਕੀ ਨੂੰ ਕੱਲ ਹੀ ਲਿਆਵਾਂ ਆਪਣੀ ਨੂੰਹ ਬਣਾ ਕੇ। ਤੇ ਫਿਰ ਮੈਂ ਹਾਂ ਕਰਦਾ ਸ਼ਿਬੂ? ਤੂੰ ਨਾ ਕਰਕੇ ਦਿਖਾ। ਚੱਲੀਏ, ਇਹ ਤਾਂ ਕਿਸਮਤ ਹੈ ਸਾਡੀ ਕਿ ਪਿੰਕੀ ਸਾਡੇ ਘਰ ਦੀ ਨੂੰਹ ਬਣ ਰਹੀ ਹੈ। ਬਈ ਜੇ ਉਹ ਆਪ ਤਿਆਰ ਨੇ ਤੂੰ ਹਾਂ ਕਰਦੇ ਜਾ ਕੇ। ਠੀਕ ਹੈ, ਮੈਂ ਹੁਣੇ ਹਾਂ ਕਰ ਦਿੰਦੀ ਉਹਨੂੰ। ਪਿੰਕੀ ਨਵਜੋਤ, ਬੜੀ ਸੋਹਣੀ ਲੱਗੂ ਜੋੜੀ। ਵਿੱਕੀ, ਰੀਤ, ਤੂੰ ਸੱਚੀ ਆ ਗਈ ਹੈ? ਆਣਾ ਹੀ ਪਿਆ। ਵੈਸੇ ਤੈਨੂੰ ਦੇਖ ਕੇ ਬਿਲਕੁਲ ਵੀ ਨਹੀਂ ਲੱਗਦਾ ਕਿ ਤੂੰ ਆਪਣੇ ਪਾਪਾ ਦਾ ਘਰ ਛੱਡ ਕੇ ਕੋਈ ਨੌਕਰੀ ਜੀ ਕਰਨ ਲੱਗ ਪਿਆ। ਨਹੀਂ ਨਹੀਂ, ਮੈਂ ਸੱਚੀ ਘਰ ਛੱਡਤਾ ਯਾਰ। ਕੀ ਕੰਮ ਕਰ ਰਿਹਾ ਫਿਰ ਅੱਜ ਕੱਲ? ਠੇਕੇਦਾਰੀ। ਹਾਂ, ਮਤਲਬ ਠੇਕੇਦਾਰ ਨਾਲ ਲੱਗਿਆ ਹੋਇਆ। ਬਹੁਤ ਵੱਡੀ ਵੱਡੀ ਇਮਾਰਤਾਂ ਬਣਾਉਂਦਾ ਪ੍ਰੀਤ, 18-18 ਮੰਜ਼ਲੀ। ਬਹੁਤ ਕੰਮ ਕਰਨਾ ਪੈਂਦਾ ਯਾਰ, ਲੱਕ ਟੁੱਟ ਜਾਂਦਾ ਕਈ ਵਾਰ ਤਾਂ, ਇੱਟਾਂ ਵੀ ਢੋਣੀਆਂ ਪੈਂਦੀਆਂ। ਕੰਮ ਤੇ ਮਿਹਨਤ ਵਾਲਾ ਹੀ ਹੈ। ਵੈਸੇ ਜੇ ਤੂੰ ਕਵੇਂ ਤਾਂ ਮੈਂ ਆਪਣੇ ਬਾਊ ਜੀ ਨਾਲ ਗੱਲ ਕਰਕੇ ਦੇਖਾਂ, ਉਹਨਾਂ ਨੂੰ ਵੀ ਆਪਣੇ ਭੱਠੇ ਤੇ ਇੱਟਾਂ ਉੱਟਾਂ ਢੋਣ ਵਾਲੇ ਦੀ ਲੋੜ ਪੈਂਦੀ ਰਹਿੰਦੀ ਹੈ। ਨਹੀਂ ਨਹੀਂ, ਮੈਂ ਉੱਥੇ ਬਹੁਤ ਖੁਸ਼ ਹਾਂ।
ਵੈਸੇ ਕੁਛ ਮੈਂ ਉਦੋਂ ਵੀ ਬਹੁਤ ਵੈਸੇ ਜਦੋਂ ਤੂੰ ਫੋਨ ਕੀਤਾ ਸੀ। ਮੈਨੂੰ ਤਾਂ ਯਕੀਨ ਹੋ ਗਿਆ ਕਿ ਮੇਰਾ ਪਿਆਰ ਸੱਚਾ ਹੈ। ਮੈਨੂੰ ਪਤਾ ਮੈਂ ਰਾਤ ਕਿਵੇਂ ਕੱਟੀ ਹੈ। ਬੜੀ ਪਿਆਰ ਮੁਹੱਬਤ ਦੀ ਗੱਲਾਂ ਕਰ ਰਿਹਾ ਅੱਜ ਤੂੰ। ਜ਼ਮੀਨ ਦੀ ਕੋਈ ਗੱਲ ਨਹੀਂ ਕੀਤੀ, ਵਾਪਿਸ ਨਹੀਂ ਚਾਹੀਦੀ। ਛੱਡ ਯਾਰ, ਜ਼ਮੀਨ ਜ਼ਮੂਨ ਤੋਂ ਕੀ ਲੈਣਾ ਆਪਾਂ, ਹੈ ਤੇਰੇ ਕੋਲ ਮੇਰੇ ਕੋਲ ਇੱਕੋ ਹੀ ਗੱਲ ਹੈ। ਜੇ ਇੱਕੋ ਹੀ ਗੱਲ ਹੈ ਤਾਂ ਫਿਰ ਮੈਂ ਉਹ ਜ਼ਮੀਨ ਵੇਚ ਦਿਆਂ। ਉਹ ਨਹੀਂ ਨਹੀਂ ਨਹੀਂ, ਬਹੁਤ ਪੰਗਾ ਹੋ ਜਾਣਾ ਪ੍ਰੀਤ। ਪਰ ਤੂੰ ਤਾਂ ਕਹਿ ਰਿਹਾ ਸੀ ਕਿ ਤੈਨੂੰ ਹੁਣ ਜ਼ਮੀਨ ਚਾਹੀਦੀ ਨਹੀਂ, ਤੇਰਾ ਕੋਈ ਲੈਣਾ ਦੇਣਾ ਨਹੀਂ। ਉਹ ਯਾਰ ਮੈਨੂੰ ਸੱਚੀ ਨਹੀਂ ਚਾਹੀਦੀ। ਉਹ ਕੀ ਹੈ ਨਾ, ਡੈਡ ਬਹੁਤ ਟੈਨਸ਼ਨ 'ਚ ਨੇ, ਕਹਿੰਦੇ ਇੱਕ ਤਾਂ ਵਿਆਹ ਟੁੱਟ ਗਿਆ, ਉੱਪਰੋਂ ਪੈਸੇ ਵੀ ਗਏ। ਤੈਨੂੰ ਤਾਂ ਪਤਾ ਹੀ ਕਿੰਨਾ ਨੁਕਸਾਨ ਹੋ ਗਿਆ ਡੈਡ ਦਾ, ਸਵੇਰੇ ਤਾਂ ਵਿਚਾਰਿਆਂ ਨੇ ਰੋਟੀ ਵੀ ਨਹੀਂ ਖਾਧੀ। ਤੂੰ ਤਾਂ ਆਪਣੇ ਡੈਡ ਦਾ ਘਰ ਛੱਡਤਾ ਨਾ, ਤੈਨੂੰ ਉਹਨਾਂ ਦੀ ਰੋਟੀ ਪਾਣੀ ਦੀ ਕਿੱਦਾਂ ਖਬਰ ਮਿਲ ਗਈ? ਮਾਮਾ ਜੀ, ਡੈਡ ਦੇ ਬੋਡੀਗਾਰਡ, ਉਹਨਾਂ ਨੂੰ ਫੋਨ ਕਰਕੇ ਹਾਲ ਚਾਲ ਪੁੱਛ ਲਈਦਾ ਉਹਨਾਂ ਦਾ। ਆਖਿਰ ਮੇਰੇ ਡੈਡ ਨੇ ਯਾਰ, ਯਾਰ ਤੂੰ ਦੇ ਕਿਉਂ ਨਹੀਂ ਦਿੰਦੀ ਜ਼ਮੀਨ ਉਹਨਾਂ ਨੂੰ, ਸਿਆਪਾ ਮੁਕਾ ਪਿੱਛੋਂ? ਤੇ ਜੇ ਮੈਂ ਉਹ ਪੈਸੇ ਵਾਪਸ ਕਰਦੇ ਆ ਜਿਹੜੇ ਤੁਸੀਂ ਕਰਨ ਨੂੰ ਦਿੱਤੇ ਸੀ? ਸਿਆਪਾ ਤਾਂ ਵੀ ਮੁੱਕ ਜਾਏਗਾ ਨਾ। ਰਹਿਣ ਦੇ ਰਹਿਣ ਦੇ, ਤੇਰੇ ਡੈਡ ਦਾ ਨਾ ਪੂਰਾ ਭੱਠਾ ਵਿਕ ਜਾਣਾ, ਫਿਰ ਵੀ ਉਹ ਰਕਮ ਪੂਰੀ ਨਹੀਂ ਹੋਣੀ। ਤੇਰੇ ਮੂੰਹ ਤਾਂ ਨਾ ਸਾਰੀਆਂ ਗੱਲਾਂ ਮਜ਼ਾਕ ਹੀ ਲੱਗਦੀ ਹੈ। ਆ ਲੈ ਫੜ। ਪੂਰੇ ਦਾ ਪੂਰਾ ਪੈਸਾ ਹੈ, ਜਾ ਕੇ ਦੇ ਦੀ ਆਪਣੇ ਡੈਡੀ ਨੂੰ। ਜਿਨ੍ਹਾਂ ਨੇ ਸਵੇਰ ਦੀ ਰੋਟੀ ਨਹੀਂ ਖਾਧੀ। ਕੀ ਤੂੰ ਮੈਨੂੰ ਬੇਵਕੂਫ ਬਣਾ ਰਿਹਾ ਸੀ? ਪ੍ਰੀਤ ਨਾਮ ਹੈ ਮੇਰਾ, ਤੇਰੇ ਤੇ ਤੇਰੇ ਪਾਪਾ ਦੀ ਅਸਲੀਅਤ ਤਾਂ ਮੈਨੂੰ ਪਹਿਲੇ ਦਿਨ ਤੋਂ ਹੀ ਪਤਾ ਸੀ। ਸਭ ਸਮਝ ਗਈ ਸੀ ਮੈਂ। ਇੱਕ ਗੱਲ ਹੁਣ ਕੰਨ ਖੋਲ ਕੇ ਸੁਣ ਲੈ, ਅੱਜ ਤੋਂ ਬਾਅਦ ਮੈਨੂੰ ਫੋਨ ਕਰਨ ਬਾਰੇ ਸੋਚੀ ਵੀ ਨਾ। ਪੈਸੇ ਤੈਨੂੰ ਮਿਲ ਗਏ, ਜ਼ਮੀਨ ਹੁਣ ਭੁੱਲ ਜਾ। ਠੱਗ ਜੇ ਨਾ ਹੋਣ, ਨਚਾਰ ਜਾਏ। ਵੱਡੇ ਡਾਕਟਰ ਦੀ ਕੁੜੀ ਬਣਦੀ ਹੈ, ਵਿੰਗੀ ਜੇ। ਤੂੰ ਮੈਨੂੰ ਹਲੇ ਜਾਣਦੀ ਨਹੀਂ ਪ੍ਰੀਤ, ਮੈਂ ਜਿੰਨਾ ਜ਼ਮੀਨ ਦੇ ਉੱਪਰ ਹਾਂ ਨਾ, ਉਸ ਤੋਂ ਜ਼ਿਆਦਾ ਜ਼ਮੀਨ ਦੇ ਥੱਲੇ ਹਾਂ। ਠੀਕ ਹੈ, ਜੇ ਘਿਓ ਕੱਢਣ ਲਈ ਉਂਗਲੀ ਟੇਢੀ ਕਰਨੀ ਪੈਂਦੀ ਹੈ ਤਾਂ ਠੀਕ ਹੈ, ਇੱਦਾਂ ਹੀ ਸਹੀ। ਮਜ਼ਾਕ ਉਡਾ ਕੇ ਗਈ ਹੈ ਨਾ ਮੇਰਾ, ਹੁਣ ਮੈਂ ਤੇਰਾ ਕਿਵੇਂ ਮਜ਼ਾਕ ਉਡਾਉਣਾ ਤੂੰ ਦੇਖੀ। ਮੇਰਾ ਨਾਂ ਵੀ ਵਿੱਕੀ ਹੈ। ਬੜੀ ਬੇਇੱਜ਼ਤੀ ਕਰ ਲੈਂਦਾ ਤੂੰ ਮੇਰੀ। ਪਰ ਅੱਜ ਚੈੱਕ ਵਾਪਸ ਕਰਕੇ ਪ੍ਰੀਤ, ਤੂੰ ਮੇਰੀ ਬਰਦਾਸ਼ਤ ਦੀ ਹਰ ਹੱਦ ਪਾਰ ਕਰ ਲਈ। ਅਸੀਂ ਨਚਾਰ ਹਾਂ, ਹੁਣ ਤੂੰ ਦੇਖ ਤੈਨੂੰ ਮੈਂ ਕਿਵੇਂ ਨਚਾਉਣਾ। ਯਾਦ ਰੱਖੀ, ਹੁਣ ਤੂੰ ਵਿੱਕੀ ਦਾ ਅਸਲੀ ਰੂਪ ਦੇਖੇਗੀ।